ਬੰਦਿਆਂ ਕੋਲ ਸਾਨੂੰ ਵਿਕ ਗਈ ਪੈਸੇ ਜਬਰਦਸਤੀ ਚੱਕ ਕੇ ਜੀ ਵਿਆਹ ਕਰਨ ਲਈ ਆਏ ਸੀਗੇ। ਹਾਂਜੀ ਜਨਾਬ, ਮੇਰੀ ਕੁੜੀ ਵਾਪਸ ਆਣੀ, ਜਨਾਬ ਮੇਰੀ ਕੁੜੀ ਵਾਪਸ ਆਣੀ ਚਾਹੀਦੀ ਆ, ਜਨਾਬ ਮੇਰੀ ਕੁੜੀ ਵਿਆਹੀ ਹੋਈ ਚੱਕ ਕੇ ਲਿਆਉਂਦੀ ਆ। ਮੈਂ ਉਹ ਕੁੜੀ ਦਾ ਚਾਚਾ ਵਾਂ। ਨਾਮ ਕੀ ਤੁਹਾਡਾ? ਮੇਰਾ ਨਾਮ ਮੁਹੰਮਦ ਸ਼ਰੀਫ ਹੈ, ਪਿੰਡ ਮੇਰਾ ਭੈਰੋ ਮੁੰਨਾ ਵਾ, ਅਸੀਂ ਕੌਮ ਕਲਾਂ ਤੇ ਰਹਿਣ ਵਾਲੇ ਹਾਂ। ਠੀਕ ਹੈ, ਕੁੜੀ ਵਿਆਹੀ ਹੋਈ ਸੀ ਤੇ ਸਾਡੇ ਨਾਲ, ਅਸੀਂ ਇੱਥੇ ਆਪਣੇ ਲਾਏ ਸੀਗੇ, ਪਟੀਸ਼ਨ ਲਾਈ ਸੀਗੀ, ਤੁਹਾਨੂੰ ਵਿਆਹ ਨਹੀਂ ਹੋਊਗਾ, ਅਸੀਂ ਹਾਈ ਕੋਰਟ ਵੀ ਲਾ ਕੇ ਆਏ ਹਾਂ। ਅਸੀਂ ਰੌਲਾ ਪਿਓ ਤੇ ਮਾਤਾ ਅੰਦਰ ਪਵਾਲੇ ਵੀ ਤੁਹਾਨੂੰ ਕੁੜੀ ਨਾਲ ਮਿਲਾਉਂਦੇ ਆ, ਕੋਈ ਨਹੀਂ ਮਿਲਾਇਆ ਹੈਗਾ, ਉਲਟਾ ਉਹਦਾ ਡੰਡੇ ਸੋਟੀਆਂ ਸ਼ੁਰੂ ਕਰਤੀਆਂ ਮੁਲਾਜ਼ਮਾਂ ਨੇ। ਠੀਕ ਹੈ, ਕੋਰਟ ਦੇ ਅੰਦਰ ਬਾਹਰ, ਅੱਜ ਦਾ ਕੋਰਟ ਦੇ ਅੰਦਰ ਜੱਜ ਸਾਹਿਬ ਕਹਿੰਦੇ ਬਾਹਰ ਮਾਰਿਆ। ਠੀਕ ਹੈ, ਮਾਰ ਕੁੜਾ ਸ਼ੁਰੂ ਕਰਤੀ, ਪਹਿਲਾਂ ਕਹਿੰਦੇ ਕੋਰਟ ਮੈਰਿਜ ਕਰਾਉਣ ਆ ਗਏ, ਕੁੜੀ ਵਿਆਹੀ, ਉਹ ਮੁੰਡਾ ਹੋਰ ਧਰਮ ਦਾ ਵਾ ਤੇ ਅਸੀਂ ਹੋਰ ਧਰਮ ਦੇ ਹਾਂ, ਰੌਲਾ ਇਹ ਹੈ ਸਾਡਾ। ਠੀਕ ਹੈ, ਸਾਡੇ ਨਾਲ ਪੰਚਾਇਤ ਨੇ ਉੱਥੇ ਟਾਈਮ ਲਿਆ ਸੀਗਾ ਵੀ ਤੁਹਾਡੀ ਕੁੜੀ ਵਾਪਸ ਕਰ ਦਿਆਂਗੇ, ਕੋਈ ਪਰਚਾ ਨਾ ਕਰਿਓ। ਅਸੀਂ ਕਿਹਾ ਬਿਲਕੁਲ ਠੀਕ ਹੈ, ਸਾਡੀ ਕੁੜੀ ਵਾਪਸ ਕਰ ਦਿਓ, ਅਸੀਂ ਕੋਈ ਪਰਚਾ ਨਹੀਂ ਕਰਦੇ ਹੈਗੇ। ਕੁੜੀ ਦਾ ਮੁੰਡਾ ਵਿਆਹ ਕਰਾਉਣਾ ਗਿਆ ਉਰੇ। ਠੀਕ ਹੈ, ਤੇ ਮੁੰਡਾ ਕੀ, ਮੁੰਡੇ ਦਾ ਕੀ ਨਾਮ ਹੈ? ਮੁੰਡੇ ਦਾ ਨਾਮ, ਜਿਹੜਾ ਵਿਆਹ ਕਰਾਉਣਾ ਆ, ਉਹਦਾ ਨਾਮ ਮੱਖਣ ਸਿੰਘ ਆ। ਜੀ ਜੀ ਜੀ, ਅਸੀਂ ਗੁੱਜਰ। ਹਾਂਜੀ, ਠੀਕ ਹੈ, ਨਹੀਂ ਕੁੜੀ ਵਿਆਹੀ ਹੋਈ ਹੈ ਸਰ, 2 ਮਹੀਨੇ ਨੂੰ ਕੁੜੀ ਤੋਰਨੀ ਆ, 12-12 ਨੂੰ ਵਿਆਹ ਹੋਇਆ, 23 ਨੂੰ। ਹਾਂਜੀ, ਆ 2 ਮਹੀਨੇ ਨੂੰ ਤੋਰਨੀ ਸੀਗੀ ਕੁੜੀ, ਇਹ ਚੱਕਰ ਹੁਣ ਦੱਸੋ। ਸਾਨੂੰ ਬਾਅਦ ਚ ਫੋਨ ਗਿਆ ਵੀ ਤੁਹਾਡਾ ਬੰਦਾ ਪੂਰਾ ਹੋ ਗਿਆ, ਤਾਂ ਸਾਨੂੰ ਇੱਥੇ ਆਉਣਾ ਪਿਆ, ਘਟਨਾ ਤੋਂ ਬਾਅਦ ਮੈਂ ਪਹੁੰਚਿਆ ਇੱਥੇ। ਹਾਂਜੀ ਹਾਂਜੀ, ਮੁੰਡਾ ਮਿਆਣੀ ਦਾ ਰਹਿਣ ਵਾਲਾ ਹੈ, ਉਹ ਪਤਾ ਨਹੀਂ ਸਾਨੂੰ ਪਤਾ ਫੈਕਟਰੀ ਕਰਦਾ ਕੰਮ ਕੁੰਮ ਕਰਦਾ। ਕੁੜੀ ਦੀ, ਕੁੜੀ 18-19 ਸਾਲ ਦੀ ਹੋ ਗਈ, ਕੁੜੀਆਂ ਮਾਰੀਆਂ ਮੋਰੀਆਂ ਮੁਲਾਜ਼ਮਾਂ ਮੁੰਡੇ ਨਾਲ, ਉਹ ਸਿਪਾਹੀ ਦੀ ਨੇ ਕੁੜੀ ਦਾ, ਜਿਹੜਾ ਕੁੜੀ ਵਿਆਹ ਕਰਨ ਆਈ ਹੈ ਉਹ ਕੁੜੀ ਦਾ ਪਿਓ ਹੈ, ਸਿਪਾਹੀ ਦੀਨ। ਪਤਾ ਨਹੀਂ ਅੰਦਰ ਹੀ, ਉਹ ਪਤਾ ਨਹੀਂ ਅੰਦਰ ਇਹ ਸੀਗੇ ਮੌਕੇ ਦੇ, ਮੈਂ ਤਾਂ ਬਾਅਦ ਜਦੋਂ ਫੋਨ ਕੀਤਾ, ਕਾਲ ਕੀਤਾ, ਅਸੀਂ ਘਰੋਂ ਆਏ ਹਾਂ, ਹੁਣ ਲੈ ਕੇ ਗਿਆ ਤੂੰ, 2 ਦਿਨ ਪਤਾ ਨਹੀਂ ਅੰਦਰ ਪੁਲਿਸ ਨੇ ਫੜੇ ਹੈ, ਹਾਂ ਅੰਦਰ ਹੈ ਕਿਤੇ ਪੁਲਿਸ ਨੇ ਫੜੇ, ਸਿਪਾਹੀ ਦੀਨ। ਭਤੀਜੀ ਵਾਸਤੇ ਮੇਰੇ ਨਾਲ ਬੋਨਾ, ਅੱਜ ਇਹੀ ਹੋਇਆ, ਅਸੀਂ ਇੱਥੇ ਆਏ ਸੀ, ਅਸੀਂ ਇੱਧਰ ਆਏ ਸੀ ਕੁੜੀ ਵਾਸਤੇ, ਸਾਨੂੰ ਕਿਸੇ ਨੇ ਖਬਰ ਦਿੱਤੀ ਸੀ ਕੁੜੀ ਆਈ ਆ, ਅਸੀਂ ਇੱਥੇ ਆ ਕੇ ਬਹਿ ਗਏ, ਅਸੀਂ ਇਹੀ ਕਿਹਾ ਸਾਨੂੰ ਕੁੜੀ ਨੂੰ ਮਿਲਾ ਦਿਓ, ਮੈਂ ਕੁੜੀ ਦੀ ਚਾਚੀ ਹਾਂ, ਅਸੀਂ ਕਿਹਾ ਕੁੜੀ ਨੂੰ ਮਿਲਾ ਦਿਓ, ਅਸੀਂ ਕੋਈ ਕੰਮ ਨਹੀਂ ਕਰਦੇ, ਅਸੀਂ ਚੁੱਪ ਕਰਕੇ ਬਹਿ ਜਾਂਦੇ ਹਾਂ, ਸਾਨੂੰ ਮਾਰ, ਹਾਂਜੀ ਸਾਨੂੰ ਮਾਰ ਕੇ ਮੇਰੇ ਜੇਠ ਨੂੰ ਅੰਦਰ ਲਾ ਤੇ, ਇੱਕ ਨੂੰ ਸ਼ਵੀਨਾ, ਸਾਰੇ ਅੰਦਰ, ਕੋਈ ਉਹਨੇ ਮਾਰ ਕੇ ਤਿੰਨਾਂ ਜਣਿਆਂ ਨੂੰ ਅੰਦਰ ਲਾ ਦਿੱਤਾ, ਪਤਾ ਨਹੀਂ ਅਸੀਂ, ਮੈਂ ਇਹੀ ਕਿਹਾ ਸਰ ਜੀ ਮੈਨੂੰ ਮਿਲ ਲੈਣ ਦਿਓ, ਮੈਨੂੰ ਕੁੜੀ ਨੂੰ ਮਿਲ ਲੈਣ ਦਿਓ, ਅਸੀਂ ਚੱਲ ਜਾਂਦੇ ਹਾਂ, ਅਸੀਂ ਹੋਰ ਕੁਛ ਨਹੀਂ ਕਰਦੇ, ਅਸੀਂ ਤੁਹਾਨੂੰ ਮਿਲ ਲੈਣ ਦਿਓ। ਮੇਰੇ ਲੱਤ ਦੀ ਢਿੱਡ 'ਚ ਮਾਰੀ, ਫਿਰ ਇੱਟ ਡੰਡੇ ਦੇ ਸਿਰ 'ਚ ਮਾਰੀ, ਮੇਰੇ ਜੇਠ ਦੇ ਵੀ ਢਿੱਡ ਸਿਰ ਦੇ ਵਿੱਚ ਮਾਰੀ ਆ, ਤੁਹਾਨੂੰ ਬਹੁਤ ਮਾਰਿਆ, ਬੇਹੋਸ਼ ਹੋਇਆ, ਲੁਧਿਆਣੇ ਲੈ ਕੇ ਗਏ, ਪਤਾ ਨਹੀਂ ਕਿੱਥੇ, ਹੁਣ ਤੁਹਾਡੀ ਸੁਣਾਈ ਨਹੀਂ ਹੋ ਰਹੀ, ਅਸੀਂ ਗਰੀਬ ਬੰਦੇ ਹਾਂ, ਤੁਹਾਡੀ ਸੁਣਾਈ ਕਰ ਲਓ, ਰੱਬ ਦਾ ਵਾਸਤਾ ਸੁਣਾਈ, ਹਾਂਜੀ ਪਤਾ ਨਹੀਂ ਕੀ ਕਰਨਾ ਆਇਆ ਹੁਣ, ਸਾਨੂੰ ਜੇ ਕੁੜੀ ਨਾਲ ਝੱਤ ਹੁੰਦੀ ਜਾਂ ਕੁਛ ਹੀ, ਫੇਰ ਕੁੜੀ ਵਿਆਹੀ ਹੋਈ ਆ, ਕੁੜੀ ਨੂੰ ਮਿਲਾ ਲਓ, ਸਾਨੂੰ ਕੁੜੀ ਕਹਿੰਦੀ ਕੁਛ ਵੀ ਨਹੀਂ ਛੱਡ ਦਿੰਦੇ, ਕੁੜੀ ਮੁਸਲਮਾਨਾਂ ਦੇ ਪਹਿਲਾਂ ਵਿਆਹੀ ਹੋਈ ਆ, ਇਹ ਦੂਜੀ ਬਰਾਦਰੀ ਨਾਲ ਵਿਆਹ, ਕੁੜੀ ਦੀ ਮਰਜ਼ੀ ਨਾਲ ਵਿਆਹੀ ਹੋਈ ਆ, ਖੁਸ਼ੀ ਨਾਲ ਵਿਆਹੀ ਹੋਈ ਆ, ਇਹ ਦੂਜਾ ਵਿਆਹ ਕਰ ਭੱਜੇ ਭੱਜ ਗਿਆ ਗਈ, ਸਾਨੂੰ ਪਤਾ ਨਹੀਂ ਹੈਗਾ,
ਕਿਹਦੇ ਨਾਲ ਗਈ ਆ ਕਿਹਦੇ ਨਾਲ ਨਹੀਂ ਗਈ। ਹਾਂਜੀ ਅਸੀਂ ਨਹੀਂ, ਅਸੀਂ 11 ਦਿਨ ਹੋ ਗਏ ਭੱਜੇ ਹੋਏ ਨੂੰ, ਤੁਹਾਨੂੰ ਅਸੀਂ ਥਾਣੇ ਵੀ ਗਏ, ਸਾਰੇ ਦੌੜ ਭੱਜ ਕੀਤੀ, ਕੋਈ ਸੁਣਾਈ ਨਹੀਂ ਸਾਡੀ ਹੋਈ। ਅਸੀਂ ਹਾਥੀ ਜੋੜਦੇ ਹਾਂ, ਮੁੰਡਾ ਪੰਜਾਬੀ ਆ। ਹਾਂਜੀ ਤੁਹਾਨੂੰ ਪਤਾ ਨਹੀਂ ਕੌਣ ਦੂਜੀ ਬਰਾਦਰੀ ਸਾਡੀ ਬਰਾਦਰੀ ਹੈ ਨਹੀਂ। ਕੁੜੀ 17-18 ਸਾਲ ਦੀ ਆ, ਉਹ ਆਧਾਰ ਕਾਰਡ ਦੇ ਆਧਾਰ ਕਾਰਡ ਦੇ ਅਸੀਂ ਹੈਗੇ ਬਾਅਦ 'ਚ ਬਣਾਏ ਆਧਾਰ ਕਾਰਡ, ਉਹ ਇੱਦਾਂ ਗਲਤ ਫਾਲਤ ਬਣੇ ਹੋਏ ਆ। ਉਮਰ ਕੁੜੀ 18 ਸਾਲ ਆ। ਮੇਰਾ ਨਾਮ ਸ਼ਰਾਫਤ ਵਾਲੀ ਆ, ਠੀਕ ਹੈ। ਕੁੜੀ ਹੈ ਸਾਡੀ ਮੁਸਲਮਾਨਾਂ ਦੀ, ਮਜ਼੍ਹਬੀ ਸਿੱਖ ਮੁੰਡੇ ਲੈ ਗਿਆ ਚੱਕ ਕੇ 11 ਤਰੀਕ ਨੂੰ। ਉਹਦਾ ਵਿਆਹ ਹੋਇਆ ਪਿਆ ਨਕੋਦਰ ਉੱਗੀ ਪਿੰਡ ਹੈ, ਠੀਕ ਹੈ ਜੀ। ਉਹਦਾ ਪਿੰਡ 'ਚ ਵਿਆਹ ਹੋਇਆ, ਪਹਿਲਾਂ ਨਿਕਾਹ ਹੋਇਆ, ਸਾਵਣ ਦਾ ਮਹੀਨਾ ਕੱਟਣ ਆਈ ਸੀ ਕੁੜੀ ਵਾਪਸ ਘਰੇ, ਅਤੇ ਉਹ ਕੁੜੀ ਹੁਣ 11 ਤਰੀਕ ਨੂੰ ਆਈ ਸੀ ਅਤੇ 11 ਤਰੀਕ ਨੂੰ ਉਹਨੂੰ ਚੱਕ ਕੇ ਲੈ ਗਿਆ ਮੁੰਡਾ, ਕਿਉਂਕਿ ਸਾਨੂੰ ਨਹੀਂ ਪਤਾ ਇਹਦੇ ਬਾਰੇ ਬਾਰੇ, ਠੀਕ ਹੈ। ਫੋਨ ਮੱਖਣ ਮੁੰਡਾ ਮੱਖਣ ਹੈ, ਹਾਂਜੀ ਰਿਹਾ ਸਿੱਖ, ਇਹ ਉੱਥੇ ਚੌਂਕ ਮਿਆਣੀ ਪਿੰਡ ਹੈ, ਹਾਂਜੀ ਕੂਮਕਲਾਂ ਏਰੀਆ ਪਿੰਡ ਪੈਂਦਾ ਜੀ, ਠੀਕ ਹੈ ਸਰ। ਅਤੇ ਹੁਣ ਅੱਜ ਇੱਥੇ ਕੋਰਟ 'ਚ ਆਏ, ਸਾਨੂੰ ਪਤਾ ਲੱਗਿਆ ਕਿ ਇੱਥੇ ਫਾਈਲ ਲਾ ਰਹੇ ਕੋਰਟ ਮੈਰਿਜ ਦੀ, ਜਿਹੜਾ ਸਾਡਾ ਰਜਿਸਟਰ ਨਿਕਾਹ ਹੈ ਉਹ ਇਸ ਟਾਈਮ ਸਾਡੇ ਕੋਲ ਸਬੂਤ ਹੈ, ਕਿਉਂਕਿ ਸਾਡੇ ਮੁਸਲਮਾਨਾਂ ਧਰਮ 'ਚ ਰਜਿਸਟਰ ਹੀ ਹੁੰਦਾ, ਕਿਉਂਕਿ ਕੋਰਟ 'ਚ ਨਹੀਂ ਹੁੰਦਾ, ਠੀਕ ਹੈ। ਉਹ ਨਿਕਾਹ ਅਸੀਂ ਆਪਣੇ ਜੱਜ ਵਕੀਲ ਲਾ ਕੇ ਜੱਜ ਮੂਹਰੇ ਉਹ ਕਰਤੀ ਪ੍ਰੋਟੈਕਸ਼ਨ ਪਾ ਦਿੱਤੀ ਹੈ, ਅੱਜ ਉਹ ਨਜਾਇਜ਼ ਆ ਕੇ ਇੱਥੇ ਪ੍ਰੋਟੈਕਸ਼ਨ ਲੈ ਰਹੇ ਨੇ ਕਿ ਸਾਡਾ ਕੋਰਟ ਮੈਰਿਜ ਕਰਾਓ। ਕੁੜੀ ਨੂੰ ਡਰਾ ਪਾਇਆ ਗਿਆ, ਕੁੜੀ ਨੂੰ ਇੱਕ ਸਾਡੀ ਕੁੜੀ ਪਹਿਲਾਂ ਸੀਗੀ ਉਹ ਵੀ ਮਾਰ ਦਿੱਤੀ ਉਹਨਾਂ ਨੇ, ਠੀਕ ਹੈ ਸਰ। ਹੁਣ ਉਹਦਾ ਚਾਚੇ ਦਾ ਮੁੰਡਾ ਵਾ, ਜਿਵੇਂ ਹੁਣ ਚਾਚੇ ਤਾਂ ਐਂ ਕਹਿ ਗਏ ਹੁਣ ਸਾਡੀ ਇੱਕ ਹੋਰ ਕੁੜੀ ਕੱਢ ਕੇ ਲੈ ਗਏ, ਇੱਕ ਤਾਂ ਪਹਿਲਾਂ ਤਾਂ ਸਾਨੂੰ ਨਹੀਂ ਪਤਾ ਲੱਗਿਆ, ਹੁਣ ਇਹਦਾ ਵੀ ਸਾਨੂੰ ਕੁੜੀ ਦਾ ਪਿਓ ਹੈ, ਪੁਲਿਸ ਵਾਲਿਆਂ ਨੇ ਚੰਗਾ ਮਾਰਿਆ ਮੂਰਿਆ ਜਿਵੇਂ ਕਟਾਪਾ ਹੋਇਆ, ਜੋ ਹੁਣ ਪੁਲਿਸ ਦਾ ਕਰਨਾ ਹੀ ਉਹਨਾਂ ਨੇ ਵੀ, ਅਤੇ ਹੁਣ ਜਿਹੜੇ ਘਰ ਦੇ ਕੁੜੀਆਂ ਦੇ ਸਾਡੀ ਮਾਵਾਂ ਦੇ ਭੈਣਾਂ ਦੇ ਲੱਤਾਂ ਮਾਰੀਆਂ ਗਈਆਂ ਨਜਾਇਜ਼, ਸਾਡੇ ਨਾਲ ਇੰਨਾ ਧੱਕਾ ਹੋਇਆ ਸਾਡੇ ਕਿਸੇ ਨੇ ਸੁਣਾਈ ਨਹੀਂ ਕੀ। ਅੱਜ ਕੁੜੀ ਹੁਣ ਲੈ ਕੇ ਆਇਆ, ਹੁਣ ਤਾਂ ਉਹਨੂੰ ਦਬਾ ਪਾਇਆ ਹੋਇਆ, ਕੁੜੀ ਨੇ ਹੁਣ ਉੱਧਰ ਪਾਸੇ ਬੋਲਣਾ ਵਾ, ਅਸੀਂ ਕਿਹਾ ਕੁੜੀ ਦਾ ਪਿਓ ਦਿਖਾਇਆ ਜਾਵੇ, ਕੁੜੀ ਹੁਣ ਹੋਸਪਿਟਲ ਉਹਦਾ ਪਿਓ, ਹਾਂਜੀ ਇਹ 11 ਤਰੀਕ ਨੂੰ, 11 ਤਰੀਕ ਨੂੰ ਸ਼ਾਮ ਨੂੰ 5 ਵਜੇ, ਹਾਂਜੀ ਇੱਥੇ ਹੋਇਆ 2 ਵਜੇ, ਹਾਂਜੀ ਲੰਚ ਟਾਈਮ ਤੋਂ ਬਾਅਦ ਜੱਜ ਬੈਠੇ ਨੇ, ਸਾਨੂੰ ਪਤਾ ਲੱਗਿਆ ਕਿਉਂਕਿ ਜਿਹੜੀ ਅਸੀਂ ਪ੍ਰੋਟੈਕਸ਼ਨ ਪਾਈ ਸੀਗੀ ਨਿਕਾਹ ਵਾਲੀ, ਠੀਕ ਹੈ ਸਰ, ਉਹ ਸਾਨੂੰ ਉਹਦੇ ਬਾਰੇ ਸਾਨੂੰ ਪਤਾ ਲੱਗ ਗਿਆ ਵੀ ਵਕੀਲ ਨੇ ਕਹਿਤਾ ਸਾਡੀ ਇੱਥੇ ਕੋਰਟ ਮੈਰਿਜ ਹੋਣੀ ਕੁੜੀ ਦੀ, ਅਸੀਂ ਸਾਰੇ ਇੱਥੇ ਭੱਜੇ ਆ ਗਏ, ਸਾਡਾ ਨਾਲ ਹੀ 11 ਵਜੇ ਦਾ ਟਾਈਮ ਸੀਗਾ ਥਾਣੇ ਕੂਮਕਲਾਂ, ਉੱਥੇ ਰੱਖੀ ਸੀ ਸਾਡੀ ਮੀਟਿੰਗ, ਉਹ ਮੀਟਿੰਗ ਕਰਕੇ ਅਸੀਂ ਉੱਧਰ ਬੈਠੇ ਸੀ, ਸਾਨੂੰ ਇੱਧਰ ਪਤਾ ਲੱਗਿਆ ਅਸੀਂ ਸਾਰੇ ਇੱਧਰ ਆ ਗਏ, 100-150 ਬੰਦਾ ਸੀ, ਔਰ 4-5 ਬੰਦੇ ਆਏ ਮੁਲਾਜ਼ਮ, ਪਤਾ ਨਹੀਂ ਕੌਣ, ਸਾਨੂੰ ਕੀ ਪਤਾ ਹੁਣ ਕਿੱਥੇ ਕੌਣ ਆ, ਉਹ ਆਏ ਉਹਨਾਂ ਨੇ ਚੱਕ ਕੇ ਸਾਰਿਆਂ ਨੇ ਹਵਾਲਾ ਚਲਾਤੇ ਕਿ ਇੱਥੋਂ ਬਾਹਰ ਚਲੋ ਬਾਹਰ ਚਲੋ, ਹੁਣ ਸਾਰੇ ਮਾਂ ਬਾਪ ਨੂੰ ਕੁਟਾਪਾ ਪੂਰਾ ਕੀਤਾ, ਆਹ ਕੈਮਰੇ ਸਾਰੇ ਚੈੱਕ ਕਰਾਏ ਜਾਣ, ਹੁਣ ਕੁੜੀ ਮੁੰਡਾ ਉੱਪਰ ਹੈ, ਅਸੀਂ ਉੱਪਰ ਆ, ਉਹ ਉਹਨਾਂ ਦੇ ਹਾਲਾਤ 'ਚ ਕੁੜੀਆਂ ਮੁੰਡੇ ਵਾਲੇ ਪਾਸੇ, ਉਹ ਹਾਂ ਮੁੰਡੇ ਵਾਲੇ ਕੋਲ, ਇਹ ਨਾਲ ਉਹਦੇ ਚਾਚੇ ਆ, ਇੱਕ ਜੀਜਾ ਵਾ, ਉਹਦੀ ਭੈਣ ਆ, ਮੱਖਣ ਦੀ ਭੈਣ ਆ, ਉਹ ਆਏ ਨੀ। ਅੱਜ ਇੱਥੇ ਇੱਕ ਲੜਕੀ ਲੜਕਾ ਜੋ ਕਿ ਪ੍ਰੋਟੈਕਸ਼ਨ ਅਪਲਾਈ ਕਰਨ ਆਏ ਸੀਗੇ ਜੱਜ ਸਾਹਿਬ ਦੇ, ਉਹਨਾਂ ਦੇ ਜੋ ਲੜਕੀ ਦੇ ਪਰਿਵਾਰ ਸੀਗੇ ਉਹਨਾਂ ਦੇ ਕੁਛ ਆਰੋਪ ਸੀਗੇ, ਉਹ ਇਸ ਦਾ ਵਿਰੋਧ ਕਰ ਰਹੇ ਸੀਗੇ, ਉਹਨਾਂ ਦਾ ਕਹਿਣਾ ਹੈ ਕਿ ਲੜਕੀ ਪਹਿਲਾਂ ਤੋਂ ਸ਼ਾਦੀਸ਼ੁਦਾ ਹੈ, ਪਲੱਸ ਥੋੜ੍ਹਾ ਇੰਟਰ ਰਿਲੀਜਨ ਮੈਰਿਜ ਕਰਕੇ ਥੋੜ੍ਹਾ ਉਹਨਾਂ ਨੂੰ ਇਸ ਗੱਲ ਤੋਂ ਵੀ ਪ੍ਰੋਬਲਮ ਸੀਗੀ, ਐਂਡ ਅਸੀਂ ਉਹਨਾਂ ਨੂੰ ਸਮਝਾਇਆ ਕਿ ਇੱਦਾਂ ਜੋ ਵੀ ਹੈ ਕਾਨੂੰਨ ਨੂੰ ਆਪਣੇ ਹੱਥ 'ਚ ਨਹੀਂ ਲਿੱਤਾ ਜਾ ਸਕਦਾ, ਐਂਡ ਦਿਸ ਇਜ਼ ਨੋਟ ਦੀ ਰਾਈਟ ਵੇ ਟੂ ਗੋ ਅਬਾਊਟ ਇਟ। ਲੀਗਲੀ ਜੋ ਤੁਸੀਂ ਆਪਣਾ ਪ੍ਰਜੈਂਟ ਕਰਨਾ ਹੈ ਸਾਈਡ ਵੀ ਲੜਕੀ ਦਾ ਵਿਆਹ ਪਹਿਲਾਂ ਹੋਇਆ ਵੈ, ਤਾਂ ਉਹ ਤੁਸੀਂ ਲੀਗਲੀ ਆਪਣਾ ਲਾਇਰ ਕਰਕੇ ਜੱਜ ਸਾਹਿਬ ਦੇ ਪੁੱਟ ਅਪ ਕਰ ਸਕਦੇ ਹੋ, ਤਾਂ ਉਹ ਪੀਸਫੁਲੀ ਸਿਚੁਏਸ਼ਨ ਨੂੰ ਰਿਜ਼ੋਲਵ ਕੀਤਾ ਗਿਆ ਐਂਡ ਐਵਰੀਥਿੰਗ ਵਾਸ ਸੈਟਲਡ। ਜੋ ਆਰੋਪ ਨੇ ਉਹ ਸਾਰੀ ਚੀਜ਼ ਵੈਰੀਫਾਈ ਹੋ ਜੂਗੀ, ਹਲੇ ਸਿਰਫ ਆਰੋਪ, ਇਹ ਜਿਹੜੇ ਵੀ ਆਰੋਪ ਹੈ ਅਸੀਂ ਇੱਥੋਂ ਫਿਲਹਾਲ ਆਪਣਾ ਪ੍ਰਾਈਮ ਪਰਪਸ ਸੀਗਾ ਵੀ ਆਪਾਂ ਲਾਅ ਐਂਡ ਆਰਡਰ ਸਿਚੁਏਸ਼ਨ ਆ ਰਾਈਜ਼ ਹੋਣ ਦੀ ਹੈ,
ਸਾਰੀ ਸਿਚੁਏਸ਼ਨ ਨੂੰ ਕੰਟਰੋਲ ਕੀਤਾ ਗਿਆ। ਜੋ ਵੀ ਐਲੀਗੇਸ਼ਨ ਨੇ ਉਹਨਾਂ ਦੀ ਪੜਤਾਲ ਕੀਤੀ ਜਾ ਸਕਦੀ, ਉਹਨਾਂ ਨੂੰ ਵੈਰੀਫਾਈ ਕੀਤਾ ਜਾ ਸਕਦਾ। ਹਾਂਜੀ, ਅੰਦਰ ਲੜਾਈ ਝਗੜਾ ਅਸੀਂ ਨਹੀਂ ਹੋਣ ਦਿੱਤਾ। ਮੁਲਾਜ਼ਮ ਅਸੀਂ ਬੀਇੰਗ ਪੁਲਿਸ ਅਸੀਂ ਆਲਵੇਜ਼ ਉਹਨਾਂ ਦੇ ਵਿੱਚ ਸੀਗੇ, ਐਂਡ ਅਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਵਾਇਲੈਂਸ ਨਹੀਂ ਅਰਾਈਜ਼ ਹੋਣ ਦਿੱਤੀ, ਐਂਡ ਦ ਸਿਚੁਏਸ਼ਨ ਵਾਸ ਕੰਟਰੋਲ। ਉਹ ਜੋ ਵੀ ਐਲੀਗੇਸ਼ਨਸ ਨੇ ਕੋਰਟ 'ਚ ਬਹੁਤ ਕੈਮਰਾਜ਼ ਨਾਲ ਕਵਰਡ ਹੈ ਜੀ। ਜੋ ਵੀ ਪੁਲਿਸ ਨੇ ਆਪਣੇ ਆਪ ਨੂੰ ਵਿੱਚ ਲਿਆਉਂਦਾ ਕੋਈ ਲੜਾਈ ਰੋਕਣ ਲਈ ਜੋ ਵੀ ਕਾਰਵਾਈ ਕੀਤੀ ਗਈ ਸਾਰੀ ਕੈਮਰਾਜ਼ 'ਚ ਕਵਰਡ ਹੈ। ਮੈਂ ਅਸੀਂ ਉਹਨਾਂ ਨੂੰ ਕਿਹਾ ਜੋ ਵੀ ਤੁਹਾਨੂੰ ਲੱਗਦਾ ਵੀ ਕਿਸੇ ਪੁਲਿਸ ਮੁਲਾਜ਼ਮ ਨੇ ਗਲਤ ਦਿੱਤਾ, ਤੁਸੀਂ ਬਿਲਕੁਲ ਕੰਪਲੇਂਟ ਦਿਓ, ਵਿਲ ਵੈਰੀਫਾਈ ਆਲ ਦੀ CCTV ਫੁਟੇਜ, ਜੇ ਸਾਨੂੰ ਫਿਰ ਵੀ ਕੋਈ ਲੱਗਦਾ ਤਾਂ ਵਿਲ ਟੇਕ ਯੂ ਐਕਸ਼ਨ। ਹੈਂਜੀ, ਨਹੀਂ ਜੀ, ਕੋਈ ਡਿਟੈਂਸ਼ਨ 'ਚ ਨਹੀਂ ਹੈ। ਕੁੜੀ ਮੁੰਡੇ ਦੀ ਮੈਂ ਲੋਕੇਸ਼ਨ ਡਿਸਕਲੋਜ਼ ਨਹੀਂ ਕਰਾਂਗੇ ਜੀ, ਫੋਰ ਓਬਵੀਅਸ ਰੀਜ਼ਨਸ। ਥੈਂਕ ਯੂ।